ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ 'ਚ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ, ਲਵਾਓ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਅਵਤਾਰ ਦਿਹਾੜਾ ਪ੍ਰਕਾਸ਼ ਪੁਰਬ ਗੁਰਦੁਆਰਾ ਗੁਰੂ ਕੇ ਨਿਵਾਸ ਪ੍ਰਬੰਧ ਵੱਲੋਂ ਮਨਾਇਆ ਗਿਆ। ਹੇਮਕੁੰਟ ਪਰਬਤ ਹੈ ਜਹਾਂ ਸਬਤ ਸਰੰਗ ਸੋਭਤ ਹੈ ਤਹਾਂ। ਹੇਮਕੁੰਟ ਪਰਬਤ ਦੇ ਉੱਪਰ ਜਿੱਥੇ ਭਗਤੀ ਕੀਤੀ, ਜਿਹੀ ਕਾਜ ਹਮ ਜਗਤ ਮੋਹੇ ਆਏ ਧਰਮ ਹੇਤ ਗੁਰਦੇਵ ਪਠਾਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਪੰਥ ਨੂੰ ਜਿਹੜਾ ਉਹ ਚਲਾਇਆ। ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਪੌਸ ਦੀ ਸਤਵੀਂ ਪਾਠਵੀ ਪੁੱਤਰ ਜਿਹਨੂੰ ਅੱਜ ਪਟਨਾ ਸਾਹਿਬ ਅਸੀਂ ਆਖਦੇ ਹਾਂ, ਉਸ ਅਸਥਾਨ ਦੇ ਉੱਪਰ ਹੋਇਆ ਜਿੱਥੇ ਮੇਰੇ ਸਤਿਗੁਰੂ ਨੇ ਛੋਟੀ ਉਮਰ ਦੇ ਵਿੱਚ ਬੜੇ ਚੋਜ ਕੀਤੇ। ਪਿਛਲੇ ਸਮੇਂ ਚ ਅਸੀਂ ਚਮਕੌਰ ਦੀ ਗਲੀ ਦਾ ਇਤਿਹਾਸ ਜਿਹੜਾ ਹੈ ਮਨਾ ਕੇ ਹਟੇ ਸੁਣਾ ਕੇ ਹਟੇ ਹਾਂ। ਔਰ ਜਦੋਂ ਸੰਗਤ ਸਿੰਘ ਦੇ ਸਿਰ ਤੇ ਕਲਗੀ ਸਜਾਉਂਦੇ ਆ ਨਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ, ਇਹ ਉਦਣ ਹੀ ਨਹੀਂ ਸਜਾਤੀ ਸੰਗਤ ਜਿਹੜਾ ਸਿੰਘ ਸੀਗਾ, ਇਹ ਹਮ ਉਮਰ ਸੀ ਕਲਗੀਧਰ ਪਾਤਸ਼ਾਹ ਦਾ। ਤੇ ਜਦੋਂ ਰਾਜੇ ਫਤਿਹ ਚੰਦ ਮੈਣੀ ਨੇ ਛੋਟੀ ਸ੍ਰੀ ਸਾਹਿਬ ਤੇ ਕਲਗੀ ਬਾਲ ਉਮਰ ਚ ਬਾਲਾ ਪ੍ਰੀਤਮ ਨੂੰ ਦਿੱਤੀ ਨਾ, ਤੇ ਇੱਕ ਵਾਰੀ ਉਹ ਜਿਹੜਾ ਗੰਗਾ ਦੇ ਕੰਢੇ ਖੇਡਦਿਆਂ ਖੇਡਦਿਆਂ ਕਲਗੀਧਰ ਪਾਤਸ਼ਾਹ ਦੇ ਸਿਰ ਤੋਂ ਭਾਈ ਸੰਗਤ ਸਿੰਘ ਕਲਗੀ ਲਾ ਕੇ ਲੈ ਕੇ ਭੱਜ ਗਿਆ। ਤੇ ਬਾਲ ਉਮਰ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਮੇਰੇ ਸਾਹਿਬ ਨੇ ਕਿਹਾ ਸੀ, ਸੰਗਤ ਕਾਲੀ ਨਾ ਕਰ, ਜੇ ਸਮਾਂ ਆਇਆ ਤੇ ਤੇਰੇ ਸਿਰ ਤੇ ਟਿਕਾਵਾਂਗਾ। ਉਹ ਚਮਕੌਰ ਦੀ ਗਲੀ ਦੇ ਵਿੱਚ ਟਿਕਾਈ। ਸੋ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਅਸੀਂ ਪ੍ਰਕਾਸ਼ ਦਿਹਾੜਾ ਮਨਾਇਆ, ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਨ ਦਾ ਜਿਹੜਾ ਹੈ ਉਹ ਇੱਕ ਖਾਲਸਾ ਇਹੋ ਜਿਹਾ ਤਿਆਰ ਕੀਤਾ ਜਿਹੜਾ ਹਰ ਸਮੇਂ ਜਬਰ ਤੇ ਜ਼ੁਲਮ ਦੇ ਖਿਲਾਫ ਲੜਦਾ ਹੈ। ਸੋ ਆਪਾਂ ਪ੍ਰਕਾਸ਼ ਦਿਹਾੜੇ ਤੇ ਜਿੱਥੇ ਵਿਚਾਰਾਂ ਕਰਨੀਆਂ, ਮੈਂ ਚਾਹੁੰਦਾ ਅੱਜ ਦੇ ਸਮੇਂ 'ਚ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ, ਮੈਂ ਉਹਦੇ ਤੇ ਇੱਕ ਅੱਧਾ ਮਿੰਟ ਲਾਵਾਂ, ਕਿਉਂਕਿ 2 ਕੁ ਮਿੰਟ ਦਾ ਜਿਹੜਾ ਸਮਾਂ ਉਹ ਸੈਕਟਰੀ ਸਾਹਿਬ ਵੱਲੋਂ ਮਿਲਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖੋ ਉਸ ਅੰਮ੍ਰਿਤ ਛਕਿਆ, ਜਿਹਦੇ ਅੰਮ੍ਰਿਤ ਛਕਣ ਦੇ ਨਾਲ ਬੰਦਾ ਬਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਿਆ, ਜਿਹਨੇ ਸਾਨੂੰ ਇਹ ਜ਼ਮੀਨਾਂ ਦੇ ਜਿਹੜੇ ਉਹ ਹੱਕ ਦਿੱਤੇ। ਅਸਲ ਜਿਹੜੀ ਸਾਡੀ ਸ਼ਕਤੀ ਹੈ ਸਾਨੂੰ ਉਹ ਨਿਤਨੇਮ ਚੋਂ ਮਿਲਦੀ ਹੈ, ਸਾਨੂੰ ਅੰਮ੍ਰਿਤ ਚੋਂ ਮਿਲਦੀ, ਅੰਮ੍ਰਿਤ ਦੀ ਦਾਤ। ਆਪਾਂ ਅਰਦਾਸ ਸਰਵਣ ਕਰ ਰਹੇ ਸਾਂ, ਅਸੀਂ ਆਪਣੇ ਸਿਧਾਂਤ ਤੋਂ ਬੜਾ ਥਿੜਕਦੇ ਜਾ ਰਹੇ। ਅਰਦਾਸ ਦੇ ਵਿੱਚ ਜਦੋਂ ਕਹਿੰਦੇ ਨਾ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਪਹਿਲੀ ਵਾਰੀ ਗ੍ਰੰਥੀ ਸਿੰਘ ਨੇ ਬੋਲਣਾ ਤੇ ਦੂਜੀ ਵਾਰੀ ਸੰਗਤ ਨੇ ਬੋਲਣਾ, ਮਗਰ ਪਰ ਸੰਗਤ ਬੋਲਦੀ ਨਹੀਂ, ਜ਼ਿਆਦਾਤਰ ਇੱਕ ਵਾਰੀ ਵਾਹਿਗੁਰੂ ਬੋਲਿਆ ਜਾਂਦਾ। ਤੁਸੀਂ ਗੁਟਕੇ ਸਾਹਿਬ 'ਚ ਅਰਦਾਸ ਪੜ੍ਹਿਓ, ਉਹਦੇ 'ਚ 2 ਵਾਰੀ ਵਾਹਿਗੁਰੂ ਲਿਖਿਆ। ਸਾਡਾ ਸਿਧਾਂਤ ਹੈ ਇਹ, ਸਾਡਾ ਉਹ ਇੱਕ ਜਜ਼ਬਾ ਜਿਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ, ਕਿਉਂਕਿ ਅੱਜ ਬੜਾ ਕਿੰਤੂ ਪ੍ਰੰਤੂ ਹੁੰਦਾ ਕਲਗੀਧਰ ਪਾਤਸ਼ਾਹ ਦੀ ਬਾਣੀ ਦੇ ਉੱਤੇ ਵੀ। ਜਿਹੜੀ ਅਰਦਾਸ ਆਪਾਂ ਕਰਦੇ ਹਾਂ ਇਹ ਚੰਡੀ ਦੀ ਵਾੜ ਦੀ ਪਹਿਲੀ ਪੌੜੀ ਹੈ। ਜੇ ਦਸਮ ਗ੍ਰੰਥ ਜਾਂ ਦਸਵੇਂ ਗੁਰੂ ਦੀ ਬਾਣੀ ਤੋਂ ਆਪਾਂ ਹਟ ਗਏ, ਨਾ ਸਾਡੇ ਕੋਲ ਨਿਤਨੇਮ ਰਹਿਣਾ, ਨਾ ਸਾਡੇ ਕੋਲ ਅੰਮ੍ਰਿਤ ਰਹਿਣਾ, ਨਾ ਅਰਦਾਸ ਰਹਿਣੀ। ਨਿਤਨੇਮ 'ਚ 3 ਬਾਣੀਆਂ ਕਲਗੀਧਰ ਪਾਤਸ਼ਾਹ ਦੀਆਂ, ਅਮਰ ਸੰਚਾਰ 'ਚ 3 ਬਾਣੀਆਂ। ਸੋ ਮੈਂ ਜ਼ਿਆਦਾ ਇਸ ਬੰਨੇ ਨੂੰ ਨਾ ਜਾਵਾਂ, ਮੈਂ ਇਹ ਬੇਨਤੀ ਕਰਦਾ ਸਿਧਾਂਤ ਨਾਲੋਂ ਧੁਰੇ ਨਾਲੋਂ ਜਦੋਂ ਕੋਈ ਬੰਦਾ ਨਿਖੜਦਾ ਆਪਣੇ ਧੁਰੇ ਨਾਲੋਂ ਨਿਖੜ ਕੇ ਕਿਵੇਂ ਵੱਖ ਹੋ ਕੇ ਖਤਮ ਹੋ ਜਾਂਦਾ। ਇਸ ਕਰਕੇ ਸਾਨੂੰ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ। ਅਰਦਾਸ ਦੇ ਵਿੱਚ ਗੱਜ ਕੇ 2 ਵਾਰੀ ਵਾਹਿਗੁਰੂ ਬੋਲਿਆ ਕਰੋ। ਮੈਂ ਬਹੁਤਿਆਂ ਥਾਵਾਂ ਤੇ ਵੇਖਦਾ ਮੈਨੂੰ ਬੋਲਣਾ ਪੈਂਦਾ, ਕੇਵਲ ਗ੍ਰੰਥੀ ਸਿੰਘ ਵਾਹਿਗੁਰੂ ਕਹਿੰਦੇ ਆ, ਮਗਰ ਸੰਗਤ ਨਹੀਂ ਬੋਲਦੀ। ਸੋ ਖੈਰ, ਗੁਰੂ ਸਮਰਥ ਸਾਨੂੰ ਬਖਸ਼ਿਸ਼ ਕਰਨ, ਇਹ ਅੰਮ੍ਰਿਤ ਦੀ ਦਾਤ ਹੈ। ਅੱਜ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਕਿਸਾਨਾਂ ਦਾ ਮੋਰਚਾ ਲੱਗਾ ਹੋਇਆ, ਇਸ ਵੇਲੇ ਜਿਹੜੀ ਲੜਾਈ ਹੈ ਉਹ ਬੜੇ ਸਿਖਰਾਂ ਦੇ ਉੱਪਰ ਜਿਹੜੀ ਉਹ ਗਈ ਹੋਈ ਹੈ। ਔਰ ਅਸੀਂ ਇਸ ਲੜਾਈ ਦੇ ਵਿੱਚ ਜਿਵੇਂ ਵਿਦੇਸ਼ਾਂ 'ਚ ਸਹਿਯੋਗ ਕਰ ਰਹੇ ਹਾਂ, ਪੰਜਾਬ 'ਚ ਦਿੱਲੀ 'ਚ ਸੰਘਰਸ਼ ਕਰ ਰਹੇ ਹਾਂ, ਇੱਥੇ ਵਿਦੇਸ਼ਾਂ 'ਚ ਜਿੰਨੇ ਸੰਘਰਸ਼ ਹੋਏ ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਬੜਾ ਵੱਧ ਚੜ੍ਹ ਕੇ ਸਹਿਯੋਗ ਕੀਤਾ। ਇੱਕ ਰੈਲੀ ਆਪਾਂ ਇੱਥੋਂ ਵੀ ਗੁਰਦੁਆਰਾ ਗੁਰੂ ਕੇ ਨਿਵਾਸ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਦੀ ਅਗਵਾਈ 'ਚ ਆਪਾਂ ਇੱਥੋਂ ਵੀ ਬਰਮਿੰਘਮ ਲੈ ਕੇ ਗਏ ਸਾਂ। ਮੇਰੇ ਕਹਿਣ ਦਾ ਭਾਵ ਆਪਾਂ ਜਿਹੜਾ ਉਹ ਇੰਡੀਆ ਦੇ ਵਿੱਚ ਵੀ ਇੰਟਰਨੈਸ਼ਨਲ ਪੰਥਕ ਦਲ ਕਿਸਾਨ ਬਚਾਓ ਮੋਰਚੇ ਦੇ ਸੰਬੰਧ ਦੇ ਵਿੱਚ 31 ਜਥੇਬੰਦੀਆਂ ਜਿਹੜੀਆਂ ਸੰਘਰਸ਼ ਕਰ ਰਹੀਆਂ, ਉਹਦੇ ਵਿੱਚ 1 ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਦੀ ਜਿਹੜੀ ਆ ਨੁਮਾਇੰਦਗੀ ਕਰ ਰਹੀ ਆ। ਕੱਲ ਦੀਆਂ ਭਾਰਤ ਦੀਆਂ ਅੰਗਰੇਜ਼ੀ ਤੇ ਪੰਜਾਬੀ ਦੀਆਂ ਅਖਬਾਰਾਂ 'ਚ ਇੱਕ ਤੁਸੀਂ ਫੋਟੋ ਵੇਖੀ ਹੋਏਗੀ, ਜਿਹਦੇ 'ਚ ਇੱਕ ਨੌਜਵਾਨ ਨੇ ਇੱਕ ਲਿਖ ਕੇ ਫੜਿਆ, ਜਾਂ ਜਿੱਤਾਂਗੇ ਜਾਂ ਮਰਾਂਗੇ।
ਇਹ ਕੱਲ ਦੀਆਂ ਤਕਰੀਬਨ ਭਾਰਤ ਦੀਆਂ ਅਖਬਾਰਾਂ ਚ ਲੱਗੇ। ਉਹ ਨੌਜਵਾਨ ਐਂਟਰਟੇਨਰ ਪੰਥਕ ਦਲ ਦਾ ਪ੍ਰਧਾਨ ਆ ਪੰਜਾਬ ਦਾ, ਭਾਈ ਲਖਵਿੰਦਰ ਸਿੰਘ। ਸੋ ਅਸੀਂ ਸਤੰਬਰ ਤੋਂ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਹਾਂ ਔਰ 25 ਨਵੰਬਰ ਤੋਂ ਅਸੀਂ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਾਂ ਔਰ ਸਭ ਤੋਂ ਪਹਿਲਾਂ ਮੈਡੀਕਲ ਕੈਂਪ ਜਿਹੜਾ 1 ਦਸੰਬਰ ਨੂੰ ਉਹ ਇੰਟਰਨੈਸ਼ਨਲ ਪੰਥਕ ਦਲ ਨੇ ਉੱਥੇ ਲਾਇਆ, ਨਾਲ ਰਹਿਣ ਬਸੇਰਾ ਬਣਾਇਆ, ਨਾਲ ਲੰਗਰ ਲਾਇਆ। ਅਸੀਂ ਪਹਿਲਾਂ ਜਿੰਨੇ ਕੁ ਮੈਂਬਰ ਸਾਂ ਅਸੀਂ ਕੋਲੋਂ ਮਾਇਆ ਭੇਜਦੇ ਰਹੇ ਹਾਂ, ਪਰ ਪਿਛਲੇ ਦਿਨਾਂ ਚ ਅਸੀਂ ਸੰਗਤਾਂ ਨੂੰ, ਸੱਜਣਾਂ ਨੂੰ ਬੇਨਤੀ ਕੀਤੀ, ਜਿਹਦੇ ਵਿੱਚ ਗੁਰਦੁਆਰਾ ਗੁਰੂ ਕੇ ਨਿਵਾਸ ਦੇ ਪ੍ਰਧਾਨ ਵੀ ਭਾਈ ਅਮਰੀਕ ਸਿੰਘ ਦੇਵਗਨ ਬੈਠੇ ਨੇ। ਇਹਨਾਂ ਵੀ ਆਪਣੇ ਤੇ ਆਪਣੇ ਪਰਿਵਾਰ ਵੱਲੋਂ ਸਾਡਾ ਬਹੁਤ ਜਿਹੜਾ ਸਾਥ ਦਿੱਤਾ। ਅਸੀਂ ਹਰ ਮਹੀਨੇ 3 ਤੋਂ 5 ਲੱਖ ਰੁਪਈਆ ਉਹਨਾਂ ਨੂੰ ਕਿਹਾ ਵੀ ਜਿੰਨਾ ਚਿਰ ਸੰਘਰਸ਼ ਚੱਲੇਗਾ ਉਹਨਾਂ ਚਿਰ ਅਸੀਂ ਇਸ ਸੰਘਰਸ਼ ਦੇ ਵਿੱਚ ਸਾਥ ਦਿਆਂਗੇ, ਕਿਉਂਕਿ ਲੜਾਈ ਜ਼ਮੀਨ ਦੀ ਨਹੀਂ, ਜ਼ਮੀਨ ਦੀ ਲੜਾਈ ਹੈ। ਜੇ ਆਹ ਸੰਘਰਸ਼ ਸਿਰੇ ਤੇ ਗਿਆ ਜਾ ਕੇ ਡੋਲ ਗਿਆ ਜਾਂ ਇਹ ਸੰਘਰਸ਼ ਖਤਮ ਹੋ ਗਿਆ, ਪੰਜਾਬ 100 ਸਾਲ ਸੰਘਰਸ਼ ਕਰਨ ਵਾਸਤੇ ਉੱਠ ਨਹੀਂ ਸਕੇਗਾ। ਅੱਗੇ ਬਰਗਾੜੀ ਬਣ ਕੇ ਸੰਘਰਸ਼ਾਂ ਨੇ ਸਾਨੂੰ ਬੜਾ ਕਿਸੇ ਬੇਨਤੀ ਕਰਨੀ, ਜਿੱਥੇ 26 ਤਰੀਕ ਨੂੰ ਵੱਡਾ ਸੰਘਰਸ਼ ਕਿਸਾਨ ਜਥੇਬੰਦੀਆਂ ਉਲੀਕਿਆ, ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਓ, ਆਪਣੇ ਪਰਿਵਾਰਾਂ ਨੂੰ ਕਹੋ, ਉਹਦੇ ਵਿੱਚ ਸ਼ਮੂਲੀਅਤ ਕਰੋ, ਤਾਂ ਕਿ ਸਰਕਾਰ ਅੰਦਰੋਂ ਭਾਵੇਂ ਹਿੱਲੀ ਪਈ ਹੈ ਪਰ ਅਜੇ ਸਰਕਾਰ ਕਸ ਤੋਂ ਮਸ ਨਹੀਂ ਹੋ ਰਹੀ। ਸੋ ਅਸੀਂ ਇਹ ਸੰਘਰਸ਼ ਲਗਾਤਾਰ ਜਿਹੜਾ ਉਹ ਜਾਰੀ ਰੱਖਣਾ, ਉੱਥੇ ਨਾਲ ਨਾਲ ਆਪਣੇ ਕਿਸਾਨਾਂ ਦੀ ਆਵਾਜ਼ ਬਣੋ। ਸੋਸ਼ਲ ਮੀਡੀਆ ਹਰ ਬੰਦਾ ਵਰਤਦਾ, ਹਰ ਬੰਦੇ ਕੋਲ ਫੋਨ ਆ, ਵੱਧ ਤੋਂ ਵੱਧ ਕਿਸਾਨਾਂ ਦੀਆਂ ਪੋਸਟਾਂ ਨੂੰ ਘਰ ਬੈਠਿਆਂ ਹੋਰ ਕੁਛ ਨਹੀਂ ਕਰ ਸਕਦੇ, ਪੋਸਟਾਂ ਸ਼ੇਅਰ ਕਰ ਦਿਓ, ਕਿਸਾਨਾਂ ਦੇ ਹੱਕ ਦੇ ਵਿੱਚ ਲਿਖੋ ਔਰ ਜਿਸ ਤਰੀਕੇ ਨਾਲ ਵੀ ਤੁਸੀਂ ਮਾਇਕ ਤੌਰ ਤੇ ਸਹਿਯੋਗ ਕਰ ਸਕਦੇ ਹੋ, ਮੈਂ ਨਹੀਂ ਕਹਿੰਦਾ ਕੋਈ ਸਾਨੂੰ ਦੇਵੇ, ਜਿਸ ਤਰੀਕੇ ਨਾਲ ਵੀ ਦੇ ਸਕਦੇ ਹੋ ਕਿਸਾਨ ਜਥੇਬੰਦੀਆਂ ਦੀ, ਉੱਥੇ ਜ਼ਰੂਰ ਸਹਾਇਤਾ ਕਰੋ, ਤਾਂ ਕਿ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਸਕੀਏ। ਜੇ ਪੰਜਾਬ ਨਾ ਰਿਹਾ ਤੇ ਸਾਡੇ ਉਸ ਜ਼ਮੀਨ ਤੇ ਪੈਰ ਨਹੀਂ ਜੇ ਲੱਗਣੇ। ਔਰ ਮੈਂ ਨਾਲ ਹਰ ਵਾਰੀ ਮੈਂ ਮੀਡੀਆ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕਰਦਾ ਰਿਹਾ ਵੀ ਭਾਈ ਵਿਦੇਸ਼ਾਂ ਦਾ ਸਿੱਖ ਤੁਹਾਡੇ ਵਾਸਤੇ ਬੜੀ ਕੁਰਬਾਨੀ ਕਰ ਰਿਹਾ ਜੇ, ਵਿਦੇਸ਼ਾਂ ਦਾ ਕਿਸਾਨ ਤੁਹਾਡੇ ਵਾਸਤੇ ਲੜ ਰਿਹਾ ਜੇ, ਤੇ ਇਹਨਾਂ ਵਿਦੇਸ਼ੀ ਸਿੱਖਾਂ ਦੀਆਂ ਕੋਠੀਆਂ ਦੇ ਕਬਜ਼ੇ ਨਾ ਕਰਿਆ ਕਰੋ, ਇਹਨਾਂ ਦੇ ਪਲਾਟਾਂ ਦੇ ਕਬਜ਼ੇ ਨਾ ਕਰਿਆ ਕਰੋ, ਇਹਨਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਨਾ ਕਰਿਆ ਕਰੋ, ਕਿਉਂਕਿ ਇਹ ਤੁਹਾਡੇ ਵਾਸਤੇ ਜਿਹੜਾ ਉਹ ਲੜ ਰਹੇ ਨੇ। ਇਸ ਕਰਕੇ ਸਾਨੂੰ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇਣਾ ਚਾਹੀਦਾ, ਸਾਨੂੰ ਸਿਧਾਂਤ ਦੇ ਨਾਲ ਜੁੜਨਾ ਚਾਹੀਦਾ, ਸਾਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਨਾ ਚਾਹੀਦਾ। ਸੋ ਹੋਰ ਵੀ ਬੁਲਾਰਿਆਂ ਬੋਲਣਾ, ਮੇਰੇ ਕੋਲ ਬੜੇ ਵਿਚਾਰ ਸਨ ਰੱਖਣ ਨੂੰ, ਪਰ ਮੈਂ ਸਮਾਂ ਸੀਮਤ ਆ, ਇੱਥੇ ਆਪਣੇ ਸਮੇਂ ਨੂੰ ਜਿਹੜਾ ਮੈਂ ਸੰਕੋਚਦਾ। ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਧੰਨ ਹੈ ਉਹ ਕਲਗੀਧਰ ਪਾਤਸ਼ਾਹ ਮੇਰੇ ਬਾਲਾ ਪ੍ਰੀਤਮ, ਜਿਨ੍ਹਾਂ ਰਾਜਾ ਫਤਿਹ ਚੰਦ ਮੈਣੀ ਵਰਗਿਆਂ ਨੂੰ ਭਾਗ ਲਾਏ, ਪੰਡਿਤ ਸ਼ਿਵਦੱਤ ਵਰਗਿਆਂ ਦੇ ਸ਼ੰਕੇ ਦੂਰ ਕੀਤੇ ਔਰ ਮੇਰੇ ਸਤਿਗੁਰੂ ਨੇ ਪੰਥ ਦੀ ਜਿਹੜੀ ਉਹ ਸਾਜਨਾ ਕੀਤੀ। ਸੋ ਮੈਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਮੁੱਚੇ ਗੁਰਦੁਆਰਾ ਗੁਰੂ ਕੇ ਨਿਵਾਸ ਦੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਜੀ ਦੇਵਗਨ, ਜਿਨ੍ਹਾਂ ਨਾਲ ਸਾਡੀ ਬੜੀ ਸੱਜਣਤਾ, ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੇ ਕਿਸਾਨ ਬਚਾਓ ਮੋਰਚੇ ਚ ਬਹੁਤ ਸਹਿਯੋਗ ਸਾਡੇ ਨਾਲ ਜਿਹੜਾ ਉਹ ਕੀਤਾ। ਸਮੁੱਚੇ ਗੁਰਦੁਆਰਾ ਪ੍ਰਬੰਧ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਜਿਹੜੇ ਗੁਰਬਾਣੀ ਸਰਵਣ ਕਰਾਉਂਦੇ ਨੇ, ਕੀਰਤਨ ਸਾਨੂੰ ਸਰਵਣ ਕਰਾਉਂਦੇ ਨੇ, ਉਹਨਾਂ ਦਾ ਧੰਨਵਾਦ। ਔਰ ਜਿਹੜੀ ਆਵਾਜ਼ ਆ ਸਾਡੀ ਦੁਨੀਆਂ ਤੱਕ ਪਹੁੰਚਦੀ ਮੀਡੀਆ ਦੇ ਜ਼ਰੀਏ, ਅਕਾਲ ਚੈਨਲ ਇਸ ਨੂੰ ਕਵਰ ਕਰ ਰਿਹਾ, ਅਕਾਲ ਚੈਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਆਪਾਂ ਇਕੱਠੇ ਹੋ ਕੇ ਉਹਨਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬਣੀਏ, ਉਸ ਸੰਘਰਸ਼ ਦਾ ਜਿਹੜਾ ਸਾਥ ਦਈਏ। ਔਰ ਕੁਛ ਲੋਕ ਲੌਂਗੋਵਾਲ ਵਾਲਾ ਜਿਹੜਾ ਆਪਣਾ ਰੋਲ ਅਦਾ ਕਰ ਰਹੇ ਨੇ ਧਰਮ ਦੀ ਦੁਨੀਆਂ ਦੇ ਲੋਕ, ਉਹਨਾਂ ਨੂੰ ਬੇਨਤੀ ਪਾਈ ਇਸ ਕੰਮ ਚੋਂ ਬਾਹਰ ਰਹੋ। ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਉਹ ਸਰਕਾਰ ਨਾਲ ਗੱਲ ਕਰ ਰਹੀਆਂ, ਉਹਨਾਂ ਨੂੰ ਕਰਨ ਦਿਓ। ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ, ਜਥੇਦਾਰ ਨੂੰ ਵੀ ਇਹਦੇ ਵਿੱਚ ਆਉਣ ਵਾਸਤੇ ਕਿਹਾ, ਪਰ ਦੂਰ ਅੰਦੇਸੀ ਗਿਆਨੀ ਹਰਪ੍ਰੀਤ ਸਿੰਘ ਜੀ, ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਉਹਨਾਂ ਨੇ ਕਿਹਾ ਨਹੀਂ, ਇਹ ਧਰਮ ਦਾ ਮਸਲਾ ਨਹੀਂ, ਇਹ ਕਿਸਾਨਾਂ ਦਾ ਮਸਲਾ, ਪੰਜਾਬ ਦਾ ਮਸਲਾ, ਕਿਸਾਨ ਜਥੇਬੰਦੀਆਂ ਨਾਲ ਗੱਲ ਕਰੋ। ਸੋ ਉਹਨਾਂ ਦਾ ਵੀ ਧੰਨਵਾਦ, ਬਹੁਤ ਵਧੀਆ ਸਟੈਂਡ ਉਹ ਇਸ ਵੇਲੇ ਪੰਥ ਦੇ ਪ੍ਰਤੀ ਜਿਹੜਾ ਉਹ ਲੈ ਰਹੇ ਨੇ। ਇਸ ਕਰਕੇ ਸਾਨੂੰ ਯਤਨ ਕਰਨਾ ਚਾਹੀਦਾ, ਅਸੀਂ ਉਸ ਪੰਜਾਬ ਨੂੰ ਬਚਾਉਣ ਵਾਸਤੇ ਸੰਘਰਸ਼ ਕਰੀਏ, ਉਹਦੇ ਵਿੱਚ ਸਾਥ ਦਈਏ, ਜਿੰਨਾ ਵੀ ਦੇ ਸਕਦੇ ਹਾਂ ਵੱਧ ਤੋਂ ਵੱਧ ਜਿਹੜਾ ਉਹ ਸਾਥ ਦਈਏ। ਸੋ ਮੈਂ ਅਖੀਰ ਦੇ ਵਿੱਚ ਜਿਨ੍ਹਾਂ ਦੀ ਗੋਦ ਵਿੱਚ ਅਸੀਂ ਸਾਰੇ ਸਮਾ ਜਾਂਦੇ ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਅਪਾਰ ਬਖਸ਼ ਸਦਕਾ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸਪਾਕ ਸਮਾਂ ਪ੍ਰਾਪਤ ਹੋਇਆ, ਗੁਰਦੁਆਰਾ ਪ੍ਰਬੰਧ ਦਾ, ਭਾਈ ਅਮਰੀਕ ਸਿੰਘ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ।
इस किसान मोर्चे विच सो बोलदिया वध घट बोल गए हो मैं ज्यादा समा ना लवा इथे ही मैं खिमा जा चुके हां जी। वाहिगुरु जी का खालसा वाहिगुरु जी की फतेह।